ਅਗੇ ਦੱਸਿਆ ਕਿ BC Greens ਦੇ ਇੱਕ ਮੈਂਬਰ ਦੇ ਵੱਲੋਂ ਐਂਡੀਪੀ ਸਰਕਾਰ ਤੇ ਮਿਲੀਅਨਸ ਕੋਵਿਡ-19 ਰੈਪਿਡ ਕਿਟਾਂ ਨੂੰ ਦਬਾ ਕੇ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਸਨੇਸ਼ ਨਾਰਥ ਦੇ ਆਇਲੈਂਡ ਸੇ ਵਿਧਾਇਕ ਐਰਮੋਲਸਨ ਦਾ ਦਾਵਾ ਹੈ ਕਿ ਜਨਤਕ ਸਿਹਤ ਨੇ ਆਪਣੀ 2.7 ਮਿਲੀਅਨ ਟੈਸਟ ਕਿਟਾਂ ਦੇ ਵਿੱਚੋਂ 13 ਫੀਸਦੀ ਦੀ ਵੰਡ ਕੀਤੀ ਹੈ ਪਰੰਤੂ ਸਿਰਫ 24000 ਜਾਂ ਲਗਭਗ 1 ਫੀਸਦੀ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਟੈਸਟ ਮਹੱਤਵਪੂਰਨ ਸਾਧਨ ਹੋ ਸਕਦੇ ਨੇ ਖਾਸ ਕਰਕੇ ਹੁਣੇ ਜਦੋਂ ਮਹਾਮਾਰੀ ਦੀ ਤੀਜੀ ਲਹਿਰ ਦੇ ਦੌਰਾਨ ਇਹ ਸਭ ਕੁਝ ਇਦਾਂ ਹੀ ਹੁੰਦਾ ਹੈ ਤੇ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਜਦੋਂ ਕੋਈ ਪ੍ਰਤੀਕਿਰਿਆਵਾਦੀ ਵਿਅਕਤੀ ਇਨ੍ਹਾਂ ਤੇਜ਼ ਟੈਸਟਾਂ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਸਕਾਰਾਤਮਕ ਟੈਸਟ ਕਰਦਾ ਹੈ ਜਿਸ ਦਾ ਉਹਨਾਂ ਨੂੰ ਫ੍ਰੀ ਜਾਂ ਕੇ ਟੈਸਟ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਸਕਾਰਾਤਮਕ ਨਤੀਜੇ ਦੀ ਪੁਸ਼ਟੀ ਕੀਤੀ ਜਾ ਸਕੇ ਉਹਨਾਂ ਕਿਹਾ ਹੈ ਕਿ ਜੇ ਅਸੀਂ ਐਸਟੋਮੈਟਿਕ ਕੇਸਾਂ ਦੀ ਪਛਾਣ ਕਰ ਸਕਦੇ ਹਾਂ ਜਿਵੇਂ ਕਿ ਯੂਕੇ ਦੇ ਵਿੱਚ ਪਾਇਆ ਗਿਆ ਸੀ ਜਿੱਥੇ ਉਹਨਾਂ ਨੇ ਇਨ੍ਹਾਂ ਤੇਜ਼ ਟੈਸਟਾਂ ਦੀ ਵਰਤੋਂ ਕਰਦਿਆ 120000 ਸਟਿਓਮੇਰਿਕ ਕੇਸਾਂ ਦੀ ਪਛਾਣ ਕੀਤੀ ਹੈ ਤਾਂ ਜੋ ਕੋਵਿਡ ਮਹਾਮਾਰੀ ਦੇ ਸਾਡੀ ਪ੍ਰਤੀਕਿਰਿਆ ਦੇ ਵਿੱਚ ਸਹਾਇਤਾ ਕਰੇਗਾ ਹੈਲਥ ਮੰਤਰੀ ਐਡਰੀਅਨ ਡਿਸਨੇ ਨੇ ਕਿਹਾ ਹੈ ਕਿ ਬੀਸੀ ਹੋ ਰੈਪਿਡ ਟੈਸਟਾਂ ਦੀ ਵਰਤੋਂ ਜਿਹੜੀ ਆ ਉਹ ਬੀਸੀ ਦੇ ਵਿੱਚ ਕਰਨ ਜਾ ਰਿਹਾ ਤੇ 4 ਮਾਰਚ ਨੂੰ ਆਪਣੀ ਤੇਜ਼ ਪ੍ਰੀਖਿਆ ਨੀਤੀ ਜੋ ਹੈ ਉਹਨਾਂ ਪੇਸ਼ ਵੀ ਕਰ ਦਿੱਤੀ ਹੈ ਪਰ ਯੂਕੇ ਦੇ ਵਿੱਚ ਵਰਤੇ ਗਏ ਟੈਸਟਾਂ ਦਾ ਇਸ ਵੇਰੇ ਕੈਨੇਡਾ ਦੇ ਵਿੱਚ ਲਾਇਸੈਂਸ ਨਹੀਂ ਹੈ ਸਭ ਤੋਂ ਮਹੱਤਵਪੂਰਨ ਟੈਸਟ ਪੀਸੀਆਰ ਟੈਸਟ ਜਿਸ ਦੀ ਵਰਤੋਂ ਲੱਖਾਂ ਦੇ ਲਈ ਕੀਤੀ ਗਈ ਹੈ ਜੋ ਪਾਲਿਸੀ ਨੂੰ ਵੀ ਸੇਧ ਦਿੰਦਾ ਹੈ ਜਦਕਿ ਰੈਪਿਡ ਟੈਸਟਿੰਗ ਦੇ ਲਈ ਹਾਲਾਤਾਂ ਦੇ ਵਿੱਚ ਇਸ ਮਹੱਤਵਪੂਰਨ ਸਟੈਂਡਰਡ ਟੈਸਟਿੰਗ ਦੀ ਜਾਂਚ ਦੇ ਵਿੱਚ ਸਹਾਇਤਾ ਕਰ ਸਕਦੀ ਹੈ ਰੈਪੀਟ ਟੈਸਟ 30 ਮਿੰਟਾਂ ਦੇ ਅੰਦਰ ਨਤੀਜੇ ਪ੍ਰਦਾਨ ਕਰ ਸਕਦੇ ਨੇ ਤੇ ਕੁਝ ਕੰਪਨੀਆਂ ਦੇ ਦੁਆਰਾ ਵਰਕਰਾਂ ਨੂੰ ਟੈਸਟ ਕਰਨ ਦੇ ਲਈ ਰਿਮੋਟ ਵਰਕਸਾਈਟਸ ਦੁਆਰਾ ਵਰਤੀਆਂ ਜਾਂਦੀਆਂ ਨੇ ਵੈਨਕੂਵਰ ਦੇ ਹਵਾਈ ਅੱਡੇ ਤੇ ਇੱਕ ਤੇਜ਼ ਪ੍ਰੇਖਣ ਅਧਿਆਨ ਨੇ ਵੇਖਿਆ ਕਿ ਨਵੰਬਰ ਤੇ ਫਰਵਰੀ ਦੇ ਵਿਚਕਾਰ ਲਗਭਗ 600 ਬੀਸੀ ਵਾਸੀਆਂ ਨੇ 4 ਮਹੀਨਿਆਂ ਦੀ ਮਿਆਦ ਦੇ ਵਿੱਚ ਆਪਣੀ ਮਰਜ਼ੀ ਮੁਤਾਬਕ ਟੈਸਟ ਕੀਤਾ ਹੈ ਕਿਸੇ ਦਾ ਵੀ ਸਕਾਰਾਤਮਕ ਟੈਸਟ ਨਹੀਂ ਕੀਤਾ ਗਿਆ ਬੀਸੀ ਗ੍ਰੀਨ ਲੀਡਰ ਸੋਨੀਆ ਫਾਰਸਨੋ ਨੇ ਪਹਿਲਾਂ ਹੀ ਕੋਵਿਡ-19 ਦੇ ਫੈਲਣ ਦੇ ਨਾਲ ਨਜਿੱਠਣ ਦੇ ਲਈ ਵਧੇਰੇ ਹਮਲਾਵਰ ਉਪਾਅ ਕਰਨ ਦੀ ਮੰਗ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ